ਮਜੀਠਾ ਦੇ ਪਿੰਡ ਵਡਾਲਾ ਵਿਖੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਹੋਏ ਤਕਰਾਰ ਨੇ ਧਾਰਿਆ ਗੰਭੀਰ ਰੂਪ। ਗ੍ਰੰਥੀ ਸਿੰਘ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਖੂਨੀ ਲੜਾਈ। ਗ੍ਰੰਥੀ ਸਿੰਘ ਤੇ ਕਾਲਾ ਇਲਮ ਤੇ ਜਾਦੂ ਟੂਣਾ ਕਰਕੇ ਸੰਗਤ ਨੂੰ ਗੁੰਮਰਾਹ ਕਰਨ ਦਾ ਲੱਗ ਰਿਹਾ ਸੀ ਦੋਸ਼। ਵੱਡੀ ਗਿਣਤੀ 'ਚ ਪਿੰਡ ਵਾਸੀਆਂ ਵੱਲੋਂ ਗ੍ਰੰਥੀ ਸਿੰਘ ਨੂੰ ਕੱਢਣ ਦੀ ਕੀਤੀ ਜਾ ਰਹੀ ਸੀ ਮੰਗ। ਦੂਸਰੀ ਧਿਰ ਗ੍ਰੰਥੀ ਸਿੰਘ ਨੂੰ ਰੱਖਣ ਲਈ ਸੀ ਬਾਜਤ। ਤਕਰਾਰ ਨੇ ਧਾਰਿਆ ਗੰਭੀਰ ਰੂਪ। ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀਆਂ ਤਲਵਾਰਾਂ ਤੇ ਗੰਡਾਸੇ, 12 ਦੇ ਕਰੀਬ ਹੋਏ ਜ਼ਖਮੀ, ਗੁਰੂ ਨਾਨਕ ਦੇਵ ਹਸਪਤਾਲ 'ਚ ਨੇ ਜੇਰੇ ਇਲਾਜ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕੀਤੀ ਜਾ ਰਹੀ ਹੈ ਜਾਂਚ। ਆਰਟੀ ਨਿਊਜ਼ ਨੈਟਵਰਕ ਲਈ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਦੀ ਰਿਪੋਰਟ। ਮੇਰਾ ਨਾਂ ਜੀ ਹਰਜਿੰਦਰ ਸਿੰਘ, ਮੈਂ ਵਡਾਲੇ ਦਾ, ਵਡਾਲੇ ਵੀਰ। ਇਹ ਝਗੜਾ ਜੀ ਗੁਰਦੁਆਰੇ ਤੋਂ ਆ, ਉਹ ਇੱਥੇ ਕੋਈ ਸੇਵਾਦਾਰ ਦਰਬਾਰ ਸਿੰਘ ਆ ਜੀ, ਉਹ ਉੱਥੇ ਗੁਰਦੁਆਰੇ 'ਚ ਵੀ ਅਤੇ ਬਾਹਰ ਵੀ ਗੰਦੀਆਂ ਹਰਕਤਾਂ ਕਰਦਾ ਸੀ ਜ਼ਿਆਦਾ। ਉਹਨੂੰ ਇਹ ਕਰਕੇ ਉਹਨੂੰ ਉੱਥੋਂ ਡੱਕਿਆ ਵੀ ਉਹਦਾ ਕਰਕੇ ਜਿਹੜਾ ਝਗੜਾ ਇਹਦੇ ਵਿੱਚ, ਉਹਨੇ ਆ ਜਿਹੜੇ ਉਹਦੇ ਸਾਥੀ ਸੀ ਸਾਰੇ, ਇਹਨਾਂ ਨੇ ਸਾਡੇ 'ਤੇ ਹਮਲਾ ਕੀਤਾ। ਮੌਜੂਦ ਤਾਂ ਆਪਾਂ ਥੋੜ੍ਹੇ ਜਾਣੇ ਹਾਂ, ਉਹ ਪਾਰ ਕੋਈ 10-15 ਤੋਂ 20 ਜਾਣੇ ਜਾਂ ਹੈਗੇ। ਇਹ ਹਥਿਆਰ ਹੀ ਉਹਨਾਂ ਕੋਲ ਬਾਬਾ ਹੀ ਲਿਆ ਕੇ ਦੇ ਕੇ ਗਿਆ, ਵੰਡ ਕੇ ਗਿਆ। ਉਹਨਾਂ ਨੂੰ ਦਾਤਰ ਵੀ, ਕਿਰਚਿਆਂ ਵੀ, ਜੋ ਕੁਛ ਉਹਨਾਂ ਦਿੰਦੇ ਉਹ ਬਾਬਾ ਦਰਬਾਰ ਸਿੰਘ ਦੇ ਕੇ ਗਿਆ। ਇੱਕ ਨਾਲ ਸੁਖਵਿੰਦਰ ਸਿੰਘ ਦਾ ਨਾਂ ਸੁੱਖ ਆ, ਇਹ ਇਹਨਾਂ ਦੋਵਾਂ ਨੇ ਸਲਾਹ ਨਾਲ ਇਹ ਵੰਡ ਕੇ ਦੇ ਕੇ ਗਏ। ਸਾਡਾ 8 ਜਾਣੇ ਆ, ਇੱਦਾਂ ਜਿਹੜਾ ਜਿਹੜਾ ਕਾਬੂ ਆਈ ਗਿਆ ਉਹਨੂੰ ਮਾਰੀ ਗਏ, ਤਗੜੇ ਹੋ ਕੇ ਵੀ ਵੜ ਤੇ ਕਿਸੇ ਨੂੰ। ਆਪਾਂ ਤਾਂ ਆਪਣੇ ਕੰਮਾਂ 'ਚ ਜਿਹੜੇ ਜਾਰੇ ਵਿੱਚ ਬਾਰੇ ਬਜ਼ੁਰਗ ਆ, ਅਤੇ ਆਪਾਂ ਤਾਂ ਕੋਈ ਲੜਾਈ ਵਾਲੀ ਗੱਲ ਹੀ ਨਹੀਂ। ਹਾਂਜੀ ਦੱਸਿਆ, ਪਾਉਂਦਿਆਂ ਲੱਗਿਆ ਜਦੋਂ ਦਾਖਲ ਹੋਣ ਲੱਗੇ ਉਦੋਂ ਦੱਸ ਕੇ ਆਏ। ਪ੍ਰਸ਼ਾਸਨ ਤੋਂ ਸਾਨੂੰ ਇਨਸਾਫ ਚਾਹੀਦਾ, ਸਖ਼ਤ ਤੋਂ ਸਖ਼ਤ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਕਿਉਂਕਿ ਬਾਬੇ ਦੀਆਂ ਗਲਤ ਤਰੀਕਾ ਕਰਕੇ ਸਾਰਾ ਕੁਝ ਹੋਇਆ।